ਰਿੰਗ ਆਨ ਵਿੰਖਡੋਨਾ ਆਸਾਨੀ ਨਾਲ ਘਰ ਵਿੱਚ ਪਈਆਂ ਸਾਧਾਰਨ ਵਸਤੂਆਂ ਨਾਲ ਬਣਾਇਆ ਜਾ ਸਕਦਾ ਹੈ ਪਹਿਲੇ ਇੱਕ ਪੁਰਾਣੀ ਪਲਾਸਟਿਕ ਦੀ ਬੋਤਲ ਨਾਲ ਪੱਖਾ ਬਣਾ ਕੇ ਗੋਲ ਰਿੰਗ ਚੁੰਬਕ ਫਿੱਟ ਕਰੋ ਜਿਵੇਂ ਕਿ ਵਿਖਾਇਆ ਗਿਆ ਹੈ ਇਸ ਦੇ ਮੱਧ ਵਿੱਚ ਇੱਕ ਡੰਡੀ ਹੈ ਉਸ ਦੇ ਵਿੱਚ ਘਾਰ ਸਕੁਅਰ ਦਾ ਬਣਿਆ ਸ਼ਾਫਟ ਹੈ ਜੇਕਰ ਪੱਖਾ ਘੁੰਮੇਗਾ ਤਾਂ ਇਹ ਸ਼ਾਫਟ ਅਤੇ ਚੁੰਬਕ ਨੂੰ ਵੀ ਘੁਮਾਏਗਾ ਫਿਰ ਲੱਕੜੀ ਦੀ ਡੰਡੀ ਨੂੰ ਸਪੈਸਰ ਦੇ ਗੱਤੇ ਦੇ ਬਕਸੇ ਅਤੇ ਪਧਰੇ ਥੱਲੇ ਦੇ ਨਾਲ ਜੋੜ ਦਿਓ ਲੱਕੜੀ ਦੀ ਡੰਡੀ ਵਿੱਚ ਸਕੁਅਰ ਸ਼ਾਫਟ ਰੱਖ ਦਿਓ ਲੋਹੇ ਦੀ ਗੋ ਚੂੜੀ ਦੇ ਉੱਪਰ ਤਾਰ ਵਾਲੇ ਆਦਮੀ ਨੂੰ ਰੱਖ ਦਿਓ ਚੁੰਬਕ ਚੂੜੀ ਨੂੰ ਤੇ ਰਿੰਮ ਨਾਲ ਚਿਪਕ ਜਾਣਗੇ ਚੂੜੀ ਨੂੰ ਚੁੰਬਕਾਂ ਦੇ ਨਾਲ ਜੋੜ ਦਿਓ ਅਤੇ ਇਸ ਖਿਡੌਣੇ ਨੂੰ ਛੱਤ ਵਾਲੇ ਪੱਖੇ ਹੇਠਾਂ ਰੱਖੋ ਠੰਡੀ ਹਵਾ ਪੱਖੇ ਦੇ ਪ੍ਰੋਪੈਲਰ ਨੂੰ ਘੁਮਾਵੇਗੀ ਇਸ ਨਾਲ ਚੁੰਬਕ ਘੁੰਮਣਗੇ ਜੋ ਕਿ ਚੂੜੀ ਨੂੰ ਵੀ ਘੁਮਾਉਣਗੇ ਅਤੇ ਇਸ ਨਾਲ ਤਾਰ ਵਾਲਾ ਆਦਮੀ ਗੋਲ-ਗੋਲ ਘੁੰਮਣ ਲੱਗ ਜਾਵੇਗਾ